ਸਬਜ਼ੀ ਜੋ ਵੀ ਤਿਆਰ ਫੁਲਕੇ ਲਾ ਦਿਆਂ ਸੀਮਾ ਨੂੰ ਕੰਮ ਲਾ ਲਏਗੀ ਸੀਮਾ ਨੂੰ ਕਹਿੰਦੇ ਫੁਲਕੇ ਲਾ ਦੇ ਚਾਚੀ ਜੀ ਹਾਂਜੀ ਕੀ ਕਰਨ ਦੇ ਕੁਛ ਨੀ ਬੇਟੇ ਆ ਸਬਜ਼ੀ ਕੜੀ ਬਣਾ ਕੇ ਹਟੀ ਹੋ ਅੱਛਾ ਤੇ ਕੜੀ ਬਣ ਗਈ ਆ ਹੁਣ ਤੈਨੂੰ ਕਿੰਨੇ ਦਿਨ ਹੋ ਗਏ ਨੇ ਆਈ ਨੂੰ ਹੈ ਤੇ ਕੀ ਪ੍ਰੋਗਰਾਮ ਹੈ ਤੇਰਾ ਨਹੀਂ ਚਾਚੀ ਜੀ ਚੱਲੀ ਹਾਂ ਮੈਂ ਅੱਜ ਤੁਸੀਂ ਭਾਵੇਂ ਮੈਨੂੰ ਨਾਮ ਹੀ ਕਹਿੰਦੇ ਨਾ ਤੇ ਮੈਂ ਤਾਂ ਵੀ ਆਪਣੀ ਤਿਆਰੀ ਕੀਤੀ ਹੋਈ ਆ ਚੱਲੀ ਹਾਂ ਤਿਆਰੀ ਤਾਂ ਤੂੰ ਕੀਤੀ ਹੈ ਮੈਨੂੰ ਪਤਾ ਹੈ ਜੇ ਕੋਈ ਇਹੋ ਜਿਹੀ ਗੱਲ ਹੈ ਨਾ ਤੇ ਤੈਨੂੰ ਲੱਕੀ ਜਾਂ ਸੀਮਾ ਜਾ ਕੇ ਛੱਡ ਜਾਂਦੇ ਨੇ ਪਤਾ ਕੀ ਹੈ ਚਾਚੀ ਜੀ ਮੈਂ ਕੱਲ੍ਹ ਵੀ ਉਹਨਾਂ ਨੂੰ ਫੋਨ ਕੀਤਾ ਸੀ ਵੀ ਮੈਨੂੰ ਆਣ ਕੇ ਲੈ ਜਾਓ ਤੇ ਉਹ ਕਹਿੰਦੇ ਰਹਿ ਲਾ ਇੱਕ ਦਿਨ ਤੈਨੂੰ ਕੀ ਬਿਮਾਰੀ ਹੈ ਰਹਿੰਦੀ ਕਿਉਂ ਨਹੀਂ ਆ ਤੇ ਹੁਣ ਅੱਜ ਮੈਂ ਸੋਚਿਆ ਵਾ ਵੀ ਮੈਂ ਆਪ ਹੀ ਚੱਲ ਜਾ ਮੈਨੂੰ ਕੋਈ ਲੈਣ ਆਵੇ ਜਾਂ ਨਾ ਆਵੇ ਅੱਜ ਮੈਂ ਘਰ ਚੱਲ ਜਾਣਾ ਅੱਜ ਦੀ ਤਰੀਕ ਮੇਰੀ ਗੱਲ ਸੁਣ ਵੇਖ ਮੇਰੇ ਵਾਸਤੇ ਜਿਵੇਂ ਸਿਮਰ ਤੁਵੇਂ ਤੂੰ ਹਾਂਜੀ ਮੇਰੀ ਗੱਲ ਸੁਣ ਇੰਨੀ ਦੇਰ ਦਾ ਘਰ ਨਹੀਂ ਛੱਡੀਦਾ ਹੁੰਦਾ ਵੇਖ ਘਰ ਪ੍ਰਾਹੁਣੀ ਆਈ ਤੂੰ ਉਸੇ ਟਾਈਮ ਘਰੋਂ ਨਿਕਲਾਈ ਇੰਨਾ ਭਰੋਸਾ ਨਹੀਂ ਕਰੀਦਾ ਹੁੰਦਾ ਕਿਸੇ 'ਤੇ ਦੁਨੀਆਂ ਬੜੇ ਰੰਗਾਂ ਦੀ ਹਾਂਜੀ ਸਹੀ ਕਹਿੰਦੇ ਹੋ ਇਹ ਨਾ ਹੋਵੇ ਤੈਨੂੰ ਕੋਈ ਕਵੇ ਜਾਂ ਪੇਕੇ ਜਾ ਕੇ ਚਾਰ ਦਿਨ ਲਾਇਆ ਤੇ ਤੂੰ ਟਿੰਡਾ ਟੱਪਰ ਚੱਕ ਤੁਰ ਪਵੇ ਨਾ ਮੈਂ ਕੋਈ ਤੇਰੀ ਦੋਖੀ ਨਹੀਂ ਹੈਗੀ ਲੇਕਿਨ ਆਪਣਾ ਘਰ ਧੀਆਂ ਨੂੰ ਨਹੀਂ ਛੱਡਣਾ ਚਾਹੀਦਾ ਨਾ ਸਾਨੂੰ ਕੀ ਪਤਾ ਪ੍ਰਾਹੁਣੀ ਕੌਣ ਹੈ ਕੌਣ ਨਹੀਂ ਤੂੰ ਕਹਿੰਦੀ ਮੈਂ ਨਾ ਜਾਣੀ ਤੇ ਨਾ ਪਛਾਣੀ ਇੰਨੇ ਦਿਨ ਹੋ ਗਏ ਉਹਨੂੰ ਇੱਥੇ ਬੈਠੀ ਨੂੰ ਹਾਂਜੀ ਤੇ ਉਹ ਤੈਨੂੰ ਕਹੀ ਜਾਂਦਾ ਇੱਕ ਦਿਨ ਹੋਰ ਰਹਿ ਲੈ ਚਾਰ ਦਿਨ ਹੋਰ ਰਹਿ ਲੈ ਕਿਉਂ ਬਈ ਰਹਿਣ ਦਾ ਕੋਈ ਅਫਸੋਸ ਨਹੀਂ ਤੂੰ ਜਿੰਨੇ ਦਿਨ ਮਰਜ਼ੀ ਰਹਿ ਚਾਚੀ ਦੇ ਵੀ ਭੂਆ ਤੇਰੀ ਤੇ ਹੋਈ ਹੋਈ ਕਮਲੀ ਰਹਿ ਲੈ ਰਹਿ ਲੈ ਉਹਨੇ ਦੁਨੀਆਂ ਵੇਖੀ ਨਹੀਂ ਅਜੇ ਉਹ ਜਿਉਂ ਰਹੀ ਘਰ 'ਚ ਹੀ ਰਹੀ ਘਰ ਤੋਂ ਉੱਠ ਜਾ ਕੇ ਸਬਜ਼ੀ ਲੈ ਕੇ ਤੇ ਫਿਰ ਵਿਚਾਰੀ ਘਰ ਨੂੰ ਆ ਗਈ ਉਹਨੂੰ ਸ਼ਮੀ ਇੰਨੀ ਦੁਨੀਆਂ ਤਾਂ ਨਹੀਂ ਪਤਾ ਹੈ ਤੇ ਪੁੱਤ ਆਪਣਾ ਘਰ ਸਾਂਭ ਕੇ ਵਿਖਾਣ ਨੂੰ ਕਹੀਦਾ ਕਿ ਮੈਂ ਸੁਸਤ ਹਾਂ ਮੈਂ ਭੋਲੀ ਹਾਂ ਲੇਕਿਨ ਅੰਦਰੋਂ ਚਲਾਕ ਬਣ ਠੀਕ ਹੈ ਚਾਚੀ ਜੀ ਸਮਝ ਗਈ ਤੁਹਾਡੀ ਗੱਲ ਉਹ ਜਵਾਨ ਚਾਲ ਮੇਰਾ ਇਸ਼ਾਰਾ ਸਮਝਿਆ ਕਰ ਤੂੰ ਤੈਨੂੰ ਅਜੇ ਰਾਣਾ ਕਹਿੰਦਾ ਪਿਆ ਅਜੇ ਹੋਰ ਰਹਿ ਲੈ ਇੱਕ ਦਿਨ ਕਿਉਂ ਬਾਈ ਕਿਉਂ ਇੱਕ ਦਿਨ ਹੋਰ ਰਹਿ ਲੈ ਤੂੰ ਆਪਣੇ ਘਰ ਚੱਲ ਜ਼ਿਆਦਾ ਗੱਲ ਤੈਨੂੰ ਲੱਕੀ ਛੱਡ ਆਉਂਦਾ ਤੇ ਹੁਣ ਤੈਨੂੰ ਕਹਿਣ ਵੀ ਨਾ ਉੱਥੇ ਜਾਣਾ ਤੇ ਤੂੰ ਕਹਿ ਨਹੀਂ ਮੈਂ ਇੱਥੇ ਹੀ ਰਹਿਣਾ ਮੈਂ ਨਹੀਂ ਜਾਣਾ ਆਪਣੇ ਮੈਂ ਕਿਉਂ ਜਾਵਾਂ ਆਪਣਾ ਘਰ ਛੱਡ ਕੇ ਬਾਕੀ ਤੇਰਾ ਦਿਲ ਕੀ ਕਹਿੰਦਾ ਨਹੀਂ ਨਹੀਂ ਕੋਈ ਨੀ ਚਾਚੀ ਜੀ ਮੈਂ ਤਾਂ ਪਹਿਲੇ ਤਿਆਰੀ ਕੀਤੀ ਹੋਈ ਹੈ ਮੈਂ ਤਾਂ ਤੁਹਾਨੂੰ ਕਹਿਣ ਲਈ ਮੈਂ ਚੱਲੀ ਹਾਂ ਬਸ ਆਹੋ ਕਰ ਤੂੰ ਤਿਆਰੀ ਵੇਖਾਂ ਫਿਰ ਕਰ ਤਿਆਰੀ ਤੂੰ ਹਾਂ ਹਾਂ ਪਤਾ ਨਹੀਂ ਕੀ ਸਿਸਟਮ ਹੈ ਦੱਸ ਉਹ ਕਹਿੰਦੀ ਵੀ ਇਹ ਬਈ ਮੈਂ ਫੋਨ ਕੀਤਾ ਤਾਂ ਇੱਕ ਦਿਨ ਹੋਰ ਰਹਿ ਲੈ ਅੱਗੇ ਤੇ ਸੱਸ ਮੈਨੂੰ ਰੋਜ਼ ਜਿਹੜੀ ਫੋਨ ਕਰ ਲੈਂਦੀ ਹੈ ਹੁਣ ਤਾਂ ਜਦੋਂ ਦੀ ਸ਼ੰਮੀ ਆਈ ਉਹਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਇਹ ਕੋਈ ਦਾਲ 'ਚ ਕੁਛ ਕਾਰਾ ਤਾਂ ਹੈ ਵਾ ਚਲੋ ਸਾਹਮਣੇ ਆਈ ਜਾਣੀ ਜਿਹੜੀ ਵੀ ਗੱਲ ਹੋਏਗੀ ਚੱਲ ਇਹ ਤਾਂ ਹੁਣ ਚੱਲੀ ਹੈ ਨਾ ਆਪਣੇ ਘਰ
ਤੇ ਚਾਚੀ ਜੀ ਸਹੀ ਰਹੇ ਆ, ਕਿੰਨੇ ਦਿਨ ਹੋ ਗਏ ਮੈਨੂੰ ਆਈ ਨੂੰ। ਇਹ ਕੀ ਕਰਨ ਗਈ ਸ਼ਮੀ, ਕਿੱਥੇ ਚੱਲੀ ਆ? ਚੱਲੀ ਭਾਬੀ ਮੈਂ ਹੁਣ। ਕਿੱਥੇ ਚੱਲੀ ਆ? ਚਾਹ ਦਾ ਕੱਪ ਬਣਾਉਣਾ ਤਾਂ ਮੈਨੂੰ ਬਣਾ ਦੇ, ਤੇ ਮੈਂ ਆਪਣੇ ਘਰ ਚੱਲੀ, ਹੋਰ ਕਿੱਥੇ ਜਾਣਾ ਮੈਂ? ਤੈਨੂੰ ਮੈਂ ਕਿਹਾ ਨਾ ਦੋ ਦਿਨ ਰਹਿ ਜਾ ਹੋਰ, ਚੱਲ ਜੀ ਘਰ ਹੀ ਜਾਣਾ ਵਾ। ਨਹੀਂ ਭੈਣ, ਦੋ ਦਿਨ ਤੇ ਅੱਗੇ ਹੋ ਗਏ ਆਈ ਨੂੰ, ਮੈਂ ਕਿੰਨੇ ਕੁ ਦਿਨ ਰਵਾਂ? ਮੇਰਾ ਹੁਣ ਫਰਜ਼ ਆ ਘਰ ਜਾਣ ਦਾ, ਨਾਲੇ ਐਵੇਂ ਕੰਮ ਧੰਦਾ ਵੇਖਾਂ ਕੋਈ ਜਾ ਕੇ। ਉਹ ਗੱਲ ਤੇ ਵੀ ਸਹੀ, ਕੱਲ ਪਤਾ ਮੈਂ ਕਿਉਂ ਰਹੀ ਸੀ, ਫਿਰ ਰਣਜੀਤ ਮੈਨੂੰ ਲੈਣ ਆਉਣਗੇ, ਉਹ ਫਿਰ ਵੀ ਮੈਨੂੰ ਲੈਣ ਆਏ। ਮੈਂ ਤੈਨੂੰ ਦੱਸਣ ਲੱਗੀ ਆ ਨਾ, ਉਦਣ ਦੀ ਤੂੰ ਆਈ ਆ, ਆਪਾਂ ਕਿਤੇ ਨੀ ਗਏ ਘੁੰਮਣ। ਵੀਰ ਤੇਰਾ ਮੈਨੂੰ ਕਹਿ ਕੇ ਗਿਆ ਵੀ ਅੱਜ ਸ਼ਾਮੀ ਆਪਾਂ ਘੁੰਮਣ ਜਾਵਾਂਗੇ, ਇਹਨਾਂ ਦੀ ਰੋਟੀ ਬਾਹਰੋਂ ਖਾ ਖਾਂਗੇ, ਤੇ ਨਾਲੇ ਰਣਜੀਤ ਨਾਲ ਗੱਲ ਹੋ ਗਈ ਇਹਨਾਂ ਦੀ, ਉਹਨਾਂ ਨੇ ਵੀ ਉੱਥੇ ਹੀ ਆਉਣਾ ਵਾ ਰੋਟੀ ਖਾ ਕੇ, ਫਿਰ ਤੁਸੀਂ ਦੋਨੋਂ ਜਾਣੇ ਉੱਧਰ ਦੇ ਉੱਧਰ ਚੱਲ ਜਿਓ। ਨਹੀਂ ਭਾਬੀ, ਹੁਣ ਮੈਂ ਚੱਲ ਜਾਂਦੀ ਹਾਂ, ਆਹ ਰੋਟੀ ਰੋਟੀ ਖਵਾਉਣੀ ਸੀ ਤਾਂ ਮੈਨੂੰ ਤੁਸੀਂ ਕੱਲ੍ਹ ਦੀ ਖਵਾ ਦਿੰਦੇ, ਹੁਣ ਨਾ ਬੜੇ ਦਿਨ ਹੋ ਗਏ ਮੈਨੂੰ ਆਈ। ਗੱਲ ਤੇਰੀ ਸਹੀ ਹੈ, ਕੱਲ੍ਹ ਦੀ ਚੱਲ ਤੈਨੂੰ ਖਵਾ ਵੀ ਦਿੰਦੇ, ਤੈਨੂੰ ਪਤਾ ਇਹਨਾਂ ਨੂੰ ਟਾਈਮ ਤਾਂ ਲੱਗਣ ਨਹੀਂ ਦਿਆ ਦੁਕਾਨ ਤੋਂ, ਹੁਣ ਘਰ ਵੀ ਦੁਪਹਿਰ ਕਈ ਵਾਰੀ ਆਉਂਦੇ ਕਈ ਵਾਰੀ ਨਹੀਂ ਵੀ ਆਉਂਦੇ ਹੈਗੇ, ਤੇ ਤੂੰ ਹੁਣ ਇਸ ਤਰ੍ਹਾਂ ਹੀ ਚੱਲ ਜਾਏਗੀ, ਜੇ ਤੈਨੂੰ ਮੈਂ ਕਹਿ ਨਹੀਂ ਰਹਿ ਇੱਕ ਦਿਨ ਦੀ ਤਾਂ ਗੱਲ ਆ। ਰਣਜੀਤ ਨਾਲ ਗੱਲ ਹੋ ਗਈ ਆ ਭਾਜੀ ਦੀ? ਪੱਕਾ? ਮੈਂ ਤੈਨੂੰ ਦੱਸਣ ਤਾਂ ਗਈ ਆ, ਮੈਨੂੰ ਕਹਿਣ ਦੇ ਸੀ, ਲੈ ਆ ਹੀ ਗਏ ਆ। ਮੇਰੀ ਗੱਲ ਸੁਣੋ, ਤੁਹਾਡੀ ਰਣਜੀਤ ਨਾਲ ਗੱਲ ਹੋਈ ਸੀ ਪਹਿਲਾਂ? ਹਾਂ ਹੋਈ ਆ ਰਣਜੀਤ ਨਾਲ ਗੱਲ। ਕੀ ਕਹਿੰਦੇ ਸੀ? ਮੈਂ ਕਿਹਾ ਸੀ, ਕਹਿੰਦਾ ਜੇ ਕਹਿੰਦੇ ਸੀ ਵੀ ਜੇ ਮੇਰੇ ਕੋਲ ਟਾਈਮ ਲੱਗੂਗਾ ਮੈਂ ਆਊਂਗਾ, ਤੇ ਜੇ ਨਹੀਂ ਟਾਈਮ ਲੱਗਾ ਫਿਰ ਨਹੀਂ ਮੈਂ ਆਉਣਾ। ਤਾਂ ਜਾਨੀ ਕਿ ਕੱਚ ਪੱਕੀ ਆ? ਕੱਚ ਪੱਕੀ ਆ, ਮੈਂ ਤਾਂ ਇਸੇ ਕਰਕੇ ਘਰ ਆਇਆ ਹਾਂ। ਅੱਜ ਫੇਰ ਕੱਚ ਪੱਕੇ ਆ, ਤੇ ਅੱਜ ਵੀ ਇਦਾਂ ਕਰਕੇ ਤਾਂ ਤੂੰ ਮੈਨੂੰ ਫੇਰ ਰੱਖ ਲੈਣਾ ਵਾ, ਅਗਲੇ ਨਾ ਆਏ ਫੇਰ ਦੱਸ ਮੈਨੂੰ। ਮੇਰਾ ਦਿਲ ਨਹੀਂ ਨਾ ਕਰਦਾ ਫਿਰ। ਮੇਰੀ ਗੱਲ ਸੁਣ ਜੰਮੀ, ਮੇਰੀ ਗੱਲ ਸੁਣ, ਇੱਕ ਰਾਤ ਰੁਕ ਵੀ ਜਾਏਗੀ, ਉੱਥੇ ਕੀ ਫਰਕ ਪੈ ਚੱਲਿਆ ਵਾ? ਭਾਜੀ ਅੱਗੇ ਦੋ ਤਿੰਨ ਦਿਨ ਹੋ ਗਏ ਆ, ਨਾਲੇ ਨਾ ਸੀਮਾ ਭਾਬੀ ਚਾਚੀ ਜੀ ਮੇਰੇ ਮਗਰ ਪਏ ਆ ਵੀ ਘਰ ਨੂੰ ਜਾ, ਉੱਥੇ ਕੁੜੀ ਇਕੱਲੀ ਕੁੜੀ ਨੂੰ ਸਾਂਭਦੀ ਪਈ ਆ, ਤੈਨੂੰ ਵੀ ਪਤਾ ਹੈਗਾ ਮੈਨੂੰ ਨਾ ਚੰਗਾ ਜਿਹਾ ਨਹੀਂ ਲੱਗਦਾ, ਐਵੇਂ ਮੈਨੂੰ ਵੀ ਗੁੱਸਾ ਚੜੂਗਾ ਤੇ ਮੈਂ ਵੀ ਬੋਲ ਬੋਲ ਦਿੱਤਾ ਤੇ ਕੰਮ ਖਰਾਬ ਹੋ। ਕੋਈ ਨਹੀਂ ਸ਼ਮੀ, ਮੰਮੀ ਨੂੰ ਮੈਂ ਸਮਝਾ ਦੂੰਗਾ, ਬਸ ਨਾਲੇ ਨਾ ਮੇਰਾ ਹੈਗਾ ਵਾ ਵੀ ਆਪਾਂ ਇਕੱਠੇ ਮੂਵੀ ਵੇਖੀਏ ਤੇ ਨਾਲੇ ਖਾਣਾ ਖਾ ਕੇ ਆਈਏ ਬਾਹਰ। ਤੇ ਭਾਜੀ ਫਿਰ ਉਹਨਾਂ ਨੂੰ ਫੋਨ ਕਰੋ ਵੀ ਉਹ ਪੱਕਾ ਆਉਣ ਸ਼ਾਮੀ, ਇਹ ਨਾ ਹੋਵੇ ਕਿ ਉਹ ਆਉਣ ਨਾ। ਮੇਰੀ ਗੱਲ ਸੁਣ, ਜੇ ਤੂੰ ਫੋਨ ਕਰੇਂਗੀ ਤੇਰੇ ਆਖੇ ਲੱਗ ਜੂਗਾ, ਪਰ ਮੇਰੇ ਤੇ ਆਖੇ ਨਹੀਂ ਲੱਗਣ ਦਿਆ। ਚਲੋ ਇੱਕ ਵਾਰੀ ਫੋਨ ਕਰ ਲਾ ਆਪਣੇ ਤੌਰ ਤੇ ਵੀ ਭਾਜੀ ਇਸ ਨਾਲ ਸਲਾਹ ਬਣਾਉਂਦੇ ਆ ਤੇ ਆਪਾਂ ਜਾਣਾ ਜੀ, ਦੱਸੋ ਮੈਂ ਆਵਾਂ ਕਿ ਰਵਾਂ। ਤੇ ਨਾਲੇ ਇੱਕ ਗੱਲ ਹੋਰ, ਰਣਜੀਤ ਨੇ ਜ਼ਿਆਦਾ ਮੇਰੇ ਨਾਲ ਗੱਲ ਹੀ ਨਹੀਂ ਕੋਈ ਕੀਤੀ। ਕਿਉਂ, ਕੀ ਗੱਲ? ਮੈਂ ਉਹਨਾਂ ਨੂੰ ਪੁੱਛਿਆ ਵੀ ਆਪਾਂ ਰੋਟੀ ਬਾਹਰ ਖਾਣ ਜਾਣਾ ਵਾ, ਕਹਿੰਦੇ ਸ਼ਖਾਓ, ਤੇ ਮੈਂ ਕਿਹਾ ਨਹੀਂ ਤੁਸੀਂ ਵੀ ਨਾਲ ਜਾਣਾ ਵਾ, ਤੇ ਨਾਲ ਮੈਂ ਕਿਹਾ ਚੱਲ ਇੱਕ ਮੂਵੀ ਵੇਖ ਆਵਾਂਗੇ ਵੀ ਸ਼ਮੀ ਉਦਣ ਦੀ ਆਈ, ਆਪਾਂ ਗਏ ਨੀ ਕਿਤੇ ਘੁੰਮਾਉਣ ਫਰਮਾਉਣ। ਅੱਛਾ, ਕਹਿੰਦੇ ਜੇ ਤੇ ਮੈਂ ਆ ਗਿਆ ਠੀਕ ਆ, ਨਹੀਂ ਤਾਂ ਤੁਸੀਂ ਚੱਲ ਜਾਓ। ਮੈਨੂੰ ਗੱਲ ਸਹੀ ਜੀ ਨਹੀਂ ਲੱਗੀ, ਜਿਵੇਂ ਕਾਹਲੀ ਕਾਹਲੀ ਫੋਨ ਉਸੇ ਵੇਲੇ ਕੱਟਦਾ। ਮੇਰੀ ਗੱਲ ਸੁਣ, ਬਿਜੀ ਵੀ ਤਾਂ ਬੰਦਾ ਹੋ ਸਕਦਾ, ਕੀ ਪਤਾ ਬਿਜੀ ਹੋਣ ਆਪਣੀ ਗੱਡੀਆਂ ਗੁੱਡੀਆਂ ਦੇ ਚੱਕਰਾਂ 'ਚ, ਕੋਈ ਬਿਜੀ ਹੋਣਗੇ। ਭਾਜੀ ਹੈਗੀ ਘਰ ਸੀ ਕਿ ਬਾਹਰ ਸੀ? ਨਹੀਂ ਇਹ ਤਾਂ ਨਹੀਂ ਮੈਂ ਪੁੱਛਿਆ। ਚਲੋ ਕੋਈ ਗੱਲ ਨਹੀਂ, ਤਾਂ ਹੀ ਤਾਂ ਮੈਂ ਕਹਿਣ ਡਈ ਹਾਂ ਨਾ, ਮੈਂ ਜਾ ਕੇ ਵੇਖਾਂ ਉਹਨਾਂ ਨੂੰ ਕਿ ਬਾਹਰ ਗਏ ਨੇ ਕਿ ਘਰੇ ਨੇ, ਜ਼ਿਆਦਾ ਬਿਜ਼ੀ ਆ ਕਿ ਜਾਂ ਕੀ ਕਰਦੇ। ਫਿਰ ਭੇਜ ਦੀ ਉਹ, ਫਿਰ ਜਿਹਦੇ ਪਈ ਹੁਣ ਤੇ ਮੈਂ ਜਾਣਾ ਹੀ ਜਾਣਾ ਵਾ। ਉਧਰ ਮੰਮੀ ਨੇ ਜਾਣ ਕਰਦੀ ਇਹਦੇ ਨਾਲ ਕਿ ਤੂੰ ਜਾ ਘਰ, ਕੁੜੀ ਵੇਖ, ਕੁੜੀ ਵੇਖ, ਬੰਦਾ ਪੁੱਛੇ ਫਿਰ ਉਹਦੀ ਮਾਂ। ਚੱਲ ਇਸ ਤਰ੍ਹਾਂ ਕਰ, ਨਾਲੇ ਪਤਾ ਕੀ ਆ ਭਾਬੀ ਮੇਰੀ ਗੱਲ ਸੁਣ, ਮੇਰਾ ਤੇ ਆਪ ਨਹੀਂ ਜੀ ਲੱਗਣ ਡਿਆ ਸੁਖਮਨ ਤੋਂ ਬਿਨਾ। ਆ ਜਾ ਮੰਮੀ, ਚੰਗੀ ਸਲਾਹਾਂ ਨਾ ਦੇ ਆ ਜੇ ਤੁਸੀਂ, ਮਾੜੀ ਸਲਾਹ ਦੇ ਆ ਜੇ ਉਹਨੂੰ। ਮੇਰੀ ਗੱਲ ਸੁਣੋ, ਜੇ ਦੋ ਦਿਨ ਹੋਰ ਲੱਗੀ ਹਰ ਗੱਲ ਨੂੰ ਸਮਝੀ ਦੇ, ਮੈਂ ਜਿੱਥੇ ਬੋਲਦੀ ਪਈ ਆ ਤੁਹਾਨੂੰ ਦੋਨਾਂ ਨੂੰ ਨੀ ਪਤਾ ਲੱਗਦਾ ਹੈਗਾ।
ਸਿਮਰਤ ਨਾਲ ਮੇਰੀ ਗੱਲ ਹੋ ਗਈ ਆ, ਕੁੜੀ ਬੜੀ ਸੋਹਣੀ ਉਹ ਸਾਂਭਦੀ ਆ, ਤੇ ਜਿਹੜੀ ਉਹਨਾਂ ਘਰ ਪ੍ਰਾਹੁਣੀ ਆਈ ਨਾ ਉਹ ਵੀ ਸਾਂਭਦੀ ਆ। ਬਸ ਪ੍ਰਾਹੁਣੇ ਹੀ ਸਾਂਭੀ ਜਾਣ, ਇਹ ਨਾ ਹੋਏ ਪ੍ਰਾਹੁਣੇ ਸਾਰੇ ਘਰ ਸਾਂਭ ਕੇ ਬਹਿ ਜਾਣ। ਮੰਮੀ ਤੁਸੀਂ ਕੀ ਕਹੀ ਗੱਲ ਕਰੀ ਜਾਂਦੇ ਜੀ? ਮੈਂ ਜੋ ਗੱਲ ਕਰਦੀ ਪਈ ਮੈਂ ਠੀਕ ਕਰਦੀ ਪਈ ਆ। ਕੀ ਗੱਲ ਠੀਕ ਕਰ ਰਹੇ ਤੁਸੀਂ? ਜਿੱਥੇ ਜਿੱਥੇ ਮੈਂ ਖਲੋਤੀ ਆ ਨਾ ਜਿਸ ਉਮਰ 'ਚ, ਤੁਸੀਂ ਉੱਥੇ ਅਜੇ ਪਹੁੰਚੇ ਨਹੀਂ ਹੈਗੇ, ਜੋ ਸਾਡੀਆਂ ਅੱਖਾਂ ਵੇਖਦੀਆਂ ਨੇ ਉਹ ਤੁਸੀਂ ਨਹੀਂ ਵੇਖ ਸਕਦੇ। ਚਲੋ ਠੀਕ। ਨਹੀਂ ਸ਼ਮੀ ਤੂੰ ਤਿਆਰੀ ਕਰ ਘਰ ਜਾਣ ਦੀ। ਚਾਚੀ ਜੀ ਮੈਂ ਤਾਂ ਤਿਆਰ ਆ। ਖੁਸ਼ ਖੁਸ਼ੀ ਆਵੇ ਕੁੜੀ ਜਿੰਨੇ ਦਿਨ ਮਰਜ਼ੀ ਰਵੇ, ਲੇਕਿਨ ਇਸ ਤਰ੍ਹਾਂ ਆਪਣੇ ਘਰ ਪਹੁੰਚੋ। ਚਲੋ ਮੰਮਾ ਆਏ ਆ ਨਾ ਇਹ ਛੱਡ ਦਿਓ। ਕੋਈ ਰਾਤੀ ਰੋਟੀ ਖਾਣ ਨਹੀਂ ਜਾਣਾ, ਕੋਈ ਰਾਤੀ ਮੂਵੀ ਦਾ ਪ੍ਰੋਗਰਾਮ ਨਹੀਂ, ਕੋਈ ਕੁਛ ਨਹੀਂ। ਚੁੱਪ ਕਰਕੇ ਤੂੰ ਜਾ ਕੇ ਉਹਨੂੰ ਛੱਡਿਆ। ਜੇ ਤੇਰਾ ਦਿਲ ਉਦਾਸ ਹੈ ਤੇ ਤੂੰ ਵੀ ਨਾਲ ਚਲੀ ਜਾ। ਕੋਈ ਨਹੀਂ ਮੇਰਾ ਦਿਲ ਕਰੇਗਾ ਤੇ ਮੈਂ ਜਾ ਕੇ ਮਿਲਾਂ। ਹਾਂ ਬਸ ਫਿਰ ਮਿਲਣਾ ਵੀ ਜਾ ਕੇ। ਤੇ ਲੱਕੀ ਜਾਂਦੀ ਵਾਰੀ ਇਹਨੂੰ ਛੱਡ ਕੇ ਜਾਈ। ਕੋਈ ਨਹੀਂ ਛੱਡ ਜਾਂਦੇ ਹਾਂ। ਬਸ ਸ਼ਮੀ ਬੈਗ ਵਿੱਚ ਕੱਪੜੇ ਕੁਪੜੇ ਪਾ ਤੂੰ ਉੱਠੇ ਨਾਲੇ ਸਰਾ ਦਿਓ। ਇਹਨਾਂ ਨੇ ਕੋਈ ਚੱਜ ਦਾ ਤੈਨੂੰ ਕੋ ਨਹੀਂ ਕੁਛ ਕਰਨ ਦੇਣਾ। ਭਾਬੀ ਮੇਰਾ ਸੂਟ ਦੋ ਤਿੰਨ ਜਿਹੜੇ ਇੱਥੇ ਹੀ। ਆ ਮੇਰੇ ਕਿਲ ਮਾਰੀ ਛੱਡ ਸਾਰੇ ਜਾ ਕੇ। ਨਾਲੇ ਚਾਹ ਬਣਾਉਣ ਦਾ ਫਿਰ ਗੱਲ ਸੁਣੋ। ਤੁਸੀਂ ਕਿਤਰਾ ਬੋਲਦੇ ਸ਼ਮੀ ਨਾ? ਤੈਨੂੰ ਕਿਹੜੀ ਨੇਰੀ ਆਈ ਹੈ? ਮੰਮੀ ਜੇ ਕੁੜੀ ਦੋ ਚਾਰ ਦਿਨ ਆਈ ਗਈ ਤੇ ਕੀ ਹੋ ਗਿਆ? ਤੂੰ ਇੰਨੇ ਕਾਹਲੇ ਪੈ ਗਏ ਜੇ ਉਹਨੂੰ ਘਰੋਂ ਕੱਢਣ ਦੀ ਕਰੀ ਜਾਂਦੇ। ਚੱਲ ਨੂੰ ਛੱਡ ਗਿਆ, ਚੱਲ ਨੂੰ ਛੱਡ ਗਿਆ, ਉਹ ਕੀ ਸੋਚੂਗੀ? ਸੋਚੂਗੀ ਕੀ ਖੋਤੇ ਦਿਮਾਗ ਦਿਆ ਰਿਸ਼ਤੇਦਾਰ ਉਹਨਾਂ ਦੇ ਘਰ ਆਈ ਆ, ਨਾ ਉਹ ਜਾਣਦੀਆਂ ਨਾ ਉਹ ਪਛਾਣਦੀਆਂ, ਨਾ ਹੈ ਆ ਕੇ ਉਹਨੇ ਸਿਮਰਤ ਦੀ ਕੁੜੀ ਵੀ ਸਾਂਭ ਲਈ, ਸੁਖਮਨ ਨੂੰ ਘਰ ਵੀ ਸਾਰਾ ਸਾਂਭ ਲਿਆ, ਸ਼ਮੀ ਨੂੰ ਤੋਰਤਾ ਇੱਧਰ। ਸ਼ਮੀ ਕਹਿੰਦੀ ਮੈਂ ਅਜੇ ਤੱਕ ਵੇਖੀ ਨਹੀਂ, ਵੇਖ ਤੈਨੂੰ ਮੈਂ ਹੁਣ ਕਿਵੇਂ ਕਵਾਂ? ਮੇਰੀ ਗੱਲ ਸੁਣੋ, ਹੈ ਤੇ ਰਿਸ਼ਤੇਦਾਰ ਹੀ ਆ ਨਾ, ਕੋਈ ਰਿਸ਼ਤੇਦਾਰ ਹੀ ਹੋਊਗਾ ਤੇ ਘਰ ਆਊਗਾ, ਉਤਰਾ ਬਗੈਰ ਕਿਤਰਾ ਰਿਸ਼ਤੇਦਾਰੀ ਤੋਂ ਕੋਈ ਘਰ ਰਹੀ ਜਾਊਗਾ? ਤੁਸੀਂ ਸਮਝਿਓ ਨਾ ਮੈਂ ਸ਼ਮੀ ਦੀ ਦੁਸ਼ਮਣ ਆ। ਸੱਸ ਪਤਾ ਕਿੰਨੀ ਸਿਆਣੀ ਹੈ ਸ਼ਮੀ ਦੀ, ਬੜੀ ਸਿਆਣੀ ਆ। ਜਿਸ ਦਿਨ ਸ਼ਮੀ ਆਈ ਆ ਨਾ ਉਹਨੇ ਮੈਨੂੰ ਇੱਕ ਫੋਨ ਨਹੀਂ ਕੀਤਾ, ਨਹੀਂ ਤੇ ਪਹਿਲਾਂ ਫੋਨ ਕਰ ਕਰਕੇ ਇੰਨੀ ਇੰਨੀ ਮੈਨੂੰ ਚੁਗਲੀ ਦੱਸਣੀ, ਇੰਨੀ ਇੰਨੀ ਮੈਨੂੰ ਗੱਲ ਦੱਸਣੀ, ਤੇ ਹੁਣ ਕੀ ਹੋ ਗਿਆ ਉਸ ਦਿਨ ਦਾ? ਅੱਛਾ ਮੇਰੀ ਗੱਲ ਸੁਣੋ, ਸਾਰੀਆਂ ਗੱਲਾਂ ਤੁਹਾਡੀਆਂ ਮੰਨਦਾ ਵਾਂ, ਉਹ ਕੁੜੀ ਦੇ ਬਾਰੇ ਦੱਸਿਆ ਹੀ ਹੋਊਗਾ ਸਿਮਰਤ ਨੇ, ਕਿਹੜੀ ਕੁੜੀ ਆ, ਨਹੀਂ ਕਿੱਥੋਂ ਆਈ ਆ? ਉਹ ਕਹਿੰਦੀ ਸਨ ਮੈਨੂੰ ਵੀ ਨਹੀਂ ਪਤਾ। ਮੰਮੀ ਮੈਨੂੰ ਵੀ ਨਹੀਂ ਪਤਾ। ਗੱਲ ਗੋਲਮੋਲ ਨਾ ਕਰੋ, ਸਾਫ਼ ਸਾਫ਼ ਦੱਸੋ ਕਹਿਣਾ ਕੀ ਚਾਹੁੰਦੇ ਜੇ? ਮੈਂ ਗੋਲਮੋਲ ਹਜੇ ਨਹੀਂ ਉਹ ਗੱਲ ਕਰਨੀ, ਸਮਾਂ ਆ ਜਾਏਗਾ। ਤੁਸੀਂ ਮੈਨੂੰ ਸਮਝਦੇ ਹੋ ਸ਼ਮੀ ਦੀ ਦੁਸ਼ਮਣ ਆ, ਮੈਂ ਦੁਸ਼ਮਣ ਆ, ਲੇਕਿਨ ਕੋਈ ਟਾਈਮ ਆਏਗਾ ਤੁਹਾਨੂੰ ਮੈਂ ਸਹੀ ਲੱਗਾਂਗੀ। ਮੈਨੂੰ ਤੇ ਲੱਗਦਾ ਤੁਸੀਂ ਸ਼ੱਕ ਕਰਨ ਦੇ ਜੇ। ਵੇ ਭਰਾਵਾ ਜਿੰਨੀ ਉਮਰ ਹੋ ਗਈ ਆ ਹੁਣ ਬੁਢਾਪੇ ਚ ਪੈਰ ਨੇ, ਆ ਬੁੱਢੇ ਹੋ ਗਏ ਪੈਰ ਕੀ ਨੇ, ਬੁੱਢੇ ਹੋ ਗਏ ਆ, ਜੋ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ ਉਹ ਤੁਹਾਡੀਆਂ ਨਹੀਂ ਵੇਖ ਸਕਦੀਆਂ। ਤੁਸੀਂ ਉੱਥੇ ਗਏ ਜਿਹੜੀਆਂ ਤੁਹਾਡੀਆਂ ਅੱਖਾਂ ਵੇਖਣ ਦੀਆਂ ਵਾ, ਹੈ ਤੁਹਾਨੂੰ ਤੇ ਸਿਮਰਤ ਨੇ ਦੱਸਣਾ ਕੋਈ ਕੁੜੀ ਆਈ ਆ। ਰੱਬਾ ਮੈਂ ਕਿਵੇਂ ਤੈਨੂੰ ਤੇ ਖਾਸ ਤੌਰ ਤੇ ਮੈਂ ਕਿਵੇਂ ਸਮਝਾਵਾਂ ਤੈਨੂੰ? ਸਮਝਾਣਾ ਨਾ ਪਾਗਲਾਂ ਦਾ ਕੰਮ, ਤੇ ਮੈਂ ਤੇ ਪਾਗਲ ਹੋ ਗਈ ਤੈਨੂੰ ਸਮਝਾ। ਤੁਹਾਨੂੰ ਇੱਕ ਗੱਲ ਦੱਸਾਂ, ਜਿਹੋ ਜਿਹੀਆਂ ਤੁਹਾਡੀਆਂ ਤੁਸੀਂ ਗੱਲਾਂ ਕਰਨ ਦੇ ਨਾ ਮੈਨੂੰ ਇੰਜ ਲੱਗਦਾ ਜਿਵੇਂ ਨਾ ਤੁਸੀਂ ਰਾਣੇ ਦੇ ਸ਼ੱਕ ਕਰਦੇ ਪਏ ਜੇ, ਤੇ ਰਾਣਾ ਬੰਦਾ ਬਿਲਕੁਲ ਸਹੀ ਜੇ, ਕੋਈ ਸਾਰੇ ਸਹੀ ਨੇ, ਸਭ ਸਹੀ ਨੇ, ਬਿਲਕੁਲ ਸਹੀ ਜੇ, ਸਭ ਸਹੀ ਨੇ, ਸ਼ਮੀ ਨਾਲ ਪੂਰਾ ਪਿਆਰ ਕਰਦਾ। ਹਾਂ 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 ਸਭ ਸਹੀ ਨੇ, ਪਿਆਰ ਕਰਦਾ ਤਾਂ ਹੀ ਤੇ ਪੰਜ ਕੁੜੀ ਨੂੰ ਇੰਨੇ ਦਿਨ ਹੋ ਗਏ ਤੇ ਛੱਡੀ ਨੂੰ, ਹੈਨਾ? ਤੇ ਯਾਰ ਜੀ ਉਹਨੇ ਛੱਡ ਦਿੱਤਾ ਕੀ ਹੋ ਗਿਆ, ਦੋ ਚਾਰ ਦਿਨ ਆ ਗਈ ਕੀ ਹੋ ਗਿਆ ਵਾ? ਜੇ ਕਿਤੇ ਸ਼ਮੀ ਦੀ ਜਗ੍ਹਾ ਸਿਮਰਤ ਆਈ ਹੁੰਦੀ ਨਾ ਤੇ ਪਤਾ ਕਿੰਨੇ ਖੁਸ਼ ਹੋਣਾ ਸੀ ਤੁਸੀਂ। ਤੇ ਸਿਮਰਤ ਨੂੰ ਮੈਂ ਇਸ ਜੇ ਮਾਹੌਲ ਮੈਂ ਜਾਂ ਵੇਖਦੀ ਨਾ ਤੇ ਮੈਂ ਸਿਮਰਤ ਨੂੰ ਵੀ ਡੰਡੀ ਆ ਕੋ ਤੋਰਦੀ ਕਿ ਆਪਣੇ ਘਰ ਪਹੁੰਚੋ ਠੰਡੇ ਠੰਡੇ। ਮੰਮੀ ਇਹ ਛੱਡ ਦੋ, ਇਹ ਗੱਲਾਂ ਹੋਰ ਕਿਸ ਨੂੰ ਕਹੋ ਤੁਸੀਂ?
ਜਿੰਨੀ ਤੁਹਾਡੀ ਸਿਮਰਤ ਦੇ ਨਾਲ ਭਾਂਦੀ ਆ ਨਾ, ਮੈਨੂੰ ਸਭ ਪਤਾ ਵਾ। ਵੇ ਤੂੰ ਨਾ ਮੇਰਾ ਦਿਮਾਗ ਨਾ ਖਰਾਬ ਕਰ ਤੇ ਚੁੱਪ ਕਰਕੇ ਨਾ ਸ਼ਮੀ ਨੂੰ ਛੱਡ ਗਿਆ। ਜੇ ਤੁਸੀਂ ਮੇਰੀ ਮਾਂ ਨਾ ਤੇ ਮੈਂ ਵੀ ਤੁਹਾਡਾ ਪੁੱਤ ਵਾਂ। ਤੇ ਫਿਰ ਪੁੱਤ ਹੁੰਦਾ ਨਾ ਤੇ ਜਿੱਥੋਂ ਮੈਂ ਬੋਲਦੀ ਪਈ ਆ ਨਾ ਕਾਕਾ ਉੱਥੋਂ ਸਮਝਦਾ। ਮੈਂ ਸਭ ਕੁਝ ਸਮਝਦਾ, ਤੂੰ ਸਮਝਦਾ ਹੀ ਨਹੀਂ। ਤਾਂ ਹੀ ਤੇ ਤੁਹਾਨੂੰ ਕਿਹਾ ਵੀ ਗੋਲ ਮੋਲ ਗੱਲ ਨਾ ਕਰੋ। ਠੀਕ ਆ, ਤੂੰ ਸਮਝ ਤੂੰ ਨਾ ਸਮਝ, ਇਹ ਤੇਰਾ ਦਿਮਾਗ, ਮੈਨੂੰ ਇਹਦਾ ਕੋਈ ਮਤਲਬ ਨਹੀਂ। ਮੈਂ ਬਸ ਇੰਨਾ ਜਾਣਦੀ ਆ ਜਿੰਨੀ ਜਲਦੀ ਹੋ ਸਕੇ ਸ਼ਮੀ ਆਪਣੇ ਘਰ ਪਹੁੰਚਣੀ ਚਾਹੀਦੀ ਏ, ਬਸ। ਦੂਜੀ ਗੱਲ ਮੈਂ ਕਹਿਣੀ ਹੀ ਆ ਤੇ ਮੈਨੂੰ 15 ਮਿੰਟਾਂ ਦੇ ਵਿੱਚ ਵਿੱਚ ਦੁਕਾਨ ਤੋਂ ਜਾਣ ਤੋਂ ਪਹਿਲਾਂ ਕੁੜੀ ਨੂੰ ਘਰ ਛੱਡ ਕੇ ਜਾਈ। ਚੁੱਪ, ਮੇਰੀ ਗੱਲ ਸੁਣ। ਮੈਂ ਤੈਨੂੰ ਕਿਹਾ ਚੁੱਪ। ਸ਼ਮੀ ਨੂੰ ਤਾਂ ਮੈਂ ਛੱਡ ਦਿੰਦਾ ਵਾਂ, ਹਾਂ, ਪਰ ਦੱਸੋ ਸਹੀ ਹੋਇਆ ਕੀ ਆ। ਮੈਂ ਤੈਨੂੰ ਕੁਛ ਨਹੀਂ ਦੱਸਣਾ, ਤੈਨੂੰ ਤੇ ਦੱਸਾਂ ਤਦ ਮੈਂ ਜੇ ਤੈਨੂੰ ਕੁਛ ਸਮਝ ਤੇਰੇ ਪੱਲੇ ਪੈਣੀ ਹੋਵੇ। ਤੇ ਤੈਨੂੰ ਤੇ ਮੈਂ ਸਮਝਾਉਣ ਬੈਠੀ ਨਾ, ਮੈਂ ਤੇ ਆਪ ਭੁੱਲ ਜਾਵਾਂਗੀ, ਇਸ ਕਰਕੇ ਜਾ ਕੇ ਛੱਡ ਕੇ ਜਾਵੀ। ਮੈਨੂੰ ਤੇ ਲੱਗਦਾ ਮਾਤਾ ਦਾ ਹੀ ਦਿਮਾਗ ਖਰਾਬ ਹੋ ਗਿਆ ਵਾ, ਸਿਮਰਤ ਦੇ ਮਗਰ ਲੱਗ ਕੇ ਪਤਾ ਨਹੀਂ ਕੀ ਬੋਲੀ ਜਾਂਦੀ ਆ। ਇਸ ਤਰ੍ਹਾਂ ਜੇ ਬੋਲੇਗੀ ਤੇ ਉਹ ਤੇ ਸ਼ਮੀ ਦੇ ਘਰ ਖਰਾਬ ਕਰ ਦੇਣਾ ਇਹਨੇ। ਹਾਏ ਓ ਰੱਬਾ ਮੇਰਿਆ, ਮੈਂ ਛੱਡ ਕੇ ਨਾ ਸ਼ਮੀ ਨੂੰ ਵੇਖਦਾ ਕਿਹੜੀ ਕੁੜੀ ਆਈ ਆ, ਕਿਹੜੀ ਇਹੋ ਜਿਹੀ ਗੱਲ ਆ ਜਿਹੜੀ ਮਾਤਾ ਸ਼ੱਕ ਕਰੀ ਜਾਂਦੀ ਆ, ਕੁੜੀ ਆਈ ਆ ਕੁੜੀ ਆਈ ਆ। ਸ਼ਮੀ, ਹਾਂਜੀ ਵੀਰੇ। ਹਾਂ ਤਿਆਰ ਆ ਫਿਰ? ਮੈਂ ਤਾਂ ਤਿਆਰ ਆ। ਸ਼ਮੀ ਆ ਕਿਹੜੀ ਕੁੜੀ ਆਈ ਆ, ਕਿਹੜੀ ਕੁੜੀ ਦੀ ਗੱਲ ਮੰਮੀ ਕਰੀ ਜਾਂਦੇ ਬਾਰ ਬਾਰ? ਕੁੜੀ ਕਿਹੜੀ ਕੁੜੀ? ਮੈਨੂੰ ਕੀ ਪਤਾ, ਘਰ ਕੋਈ ਕੁੜੀ ਆਈ ਆ। ਹਾਂਜੀ ਆਈ ਆ। ਕੌਣ ਹੈਗੀ, ਰਿਸ਼ਤੇਦਾਰ ਕੌਣ ਆ, ਪਤਾ ਤੇ ਲੱਗੇ? ਆਹੋ ਰਿਸ਼ਤੇਦਾਰ ਆ, ਕਿਉਂ ਕਹਿਣ ਦੇ ਇਦਾਂ? ਕੀ ਪਤਾ, ਮੈਨੂੰ ਤੇ ਆਪ ਨਹੀਂ ਸਮਝ ਆਉਂਦੀ। ਤੇ ਮੈਂ ਤੈਨੂੰ ਛੱਡ ਕੇ ਜਾਣਾ ਨਾ ਜਦੋਂ, ਤੇ ਮੈਂ ਉਹਨੂੰ ਮਿਲ ਕੇ ਆਊਂਗਾ। ਅੱਛਾ ਵੀਰੇ, ਚਾਚੀ ਜੀ ਦਾ ਨਾ ਥੋੜਾ ਪੁੱਠਾ ਦਿਮਾਗ ਘੁੰਮਾਉਂਦੇ ਆ, ਗੱਲ ਨੂੰ ਸਮਝੋ, ਰਣਜੀਤ ਕਰਕੇ ਕਹਿੰਦੇ ਹੋਣੇ। ਮੈਨੂੰ ਤੇ ਸਮਝ ਨਹੀਂ ਲੱਗੀ, ਪਤਾ ਨਹੀਂ ਕੀ ਚੱਕਰ ਚੱਲਣ ਦਿਆ ਵਾ, ਮੈਨੂੰ ਤੇ ਗੋਲ ਮੋਲ ਜੀ ਗੱਲ ਕਰੀ ਜਾਂਦੇ। ਕਹਿੰਦੇ ਟਾਈਮ ਆਊਗਾ ਤੇ ਦੱਸਾਂਗੇ, ਮੈਂ ਕਿਹਾ ਚੱਲ ਜੇ ਮੇਰੀ ਭੈਣ ਨੂੰ ਪਤਾ ਤੇ ਉਹੀ ਦੱਸ ਦੇ। ਪਤਾ ਕੀ ਆ ਵੀਰੇ, ਆਪਾਂ ਇੱਦਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ, ਅਗਲਿਆਂ ਦੀ ਰਿਸ਼ਤੇਦਾਰ ਆਈ ਆ। ਆ ਮੈਂ ਸ਼ੱਕ ਕਰਦੀ ਇੱਦਾਂ ਚੰਗੀ ਲੱਗਦੀ ਆ? ਦੱਸ, ਅਗਲੇ ਨੇ ਜੇ ਮੈਨੂੰ ਉਦਾਂ ਹੀ ਘੱਲਿਆ ਹੋਵੇ ਵੀ ਜਾ ਦੋ ਦਿਨ ਤੂੰ ਰਹਿ ਆ, ਮੇਰਾ ਹੀ ਸੋਚਿਆ ਹੋਵੇ ਤੇ ਮੈਂ ਜਾ ਕੇ ਉਹਨੂੰ ਪੁੱਠੀ ਪੈ ਜਾ, ਤੇ ਆ ਗੱਲ ਕੋਈ ਚੰਗੀ ਥੋੜਾ ਵਾ? ਨਾਲੇ ਜਿੰਨਾ ਚਿਰ ਆਪਣੇ ਕੋਲ ਕੋਈ ਗੱਲ ਸਪਸ਼ਟ ਨਜ਼ਰ ਨਾ ਆਵੇ ਉਨਾ ਚਿਰ ਕਿਸੇ ਨੂੰ ਗੱਲ ਨਹੀਂ ਕਰਨੀ ਚਾਹੀਦੀ। ਨਾ ਮੰਮੀ ਦੀਆਂ ਗੱਲਾਂ ਤੇ ਮੈਂ ਆਪ ਖੁਦ ਸ਼ੱਕ ਕਰਨਾ ਪਿਆ ਰਾਣੇ ਤੇ, ਤੇ ਮੈਂ ਕਿਹਾ ਰਾਣਾ ਤੇ ਇਹੋ ਜਿਹਾ ਹੈਗਾ ਨਹੀਂ ਆ। ਨਹੀਂ ਨਹੀਂ, ਉਹਨਾਂ ਨਾਲ ਤਾਂ ਮੈਂ ਹੁਣੇ ਗੱਲ ਕਰਕੇ ਹਟੀ, ਉਹ ਕੰਮ ਤੇ ਹੀ ਨੇ ਬਾਹਰ। ਚੱਲ ਚੱਲੀਏ ਫਿਰ। ਹਾਂਜੀ ਚੱਲ। ਮੰਮੀ ਜੀ। ਹਾਂਜੀ ਬੇਟਾ। ਆਰਾਮ ਆਇਆ ਥੋੜਾ ਜਿਹਾ? ਹਾਂ ਬੇਟਾ, ਆਰਾਮ ਆਉਣ ਡਿਆ। ਬੜੀ ਚੰਗੀ ਆ ਤੂੰ, ਮੇਰੀਆਂ ਲੱਤਾਂ ਘੁੱਟਣ ਡਈਆਂ, ਮੈਨੂੰ ਆਰਾਮ ਮਿਲਿਆ, ਤੇ ਬੜਾ ਆਰਾਮ ਮਿਲਿਆ। ਇਹੋ ਜਿਹੀ ਤੈਨੂੰ ਰੱਬ ਸਭ ਨੂੰ ਦੇਵੇ, ਮਗਰ ਮੈਂ ਤੈਨੂੰ ਨਾ ਛੇਤੀ ਤੋਂ ਛੇਤੀ ਮਾਨੀਆਂ ਇੱਥੇ ਲੈ ਆਵਾਂ ਤੈਨੂੰ, ਤੇ ਮੇਰਾ ਪੁੱਤ ਵੀ ਉਦੋਂ ਦਾ ਬੜਾ ਖੁਸ਼ੀ, ਪਤਾ ਨਾ ਤੂੰ ਬੜਾ ਹੀ ਕੰਮ ਸਾਂਭਿਆ ਕਰਦਾ ਕੇ, ਤੂੰ ਮੇਰੀਆਂ ਵੀ ਸੇਵਾ ਕਰ ਲੈਂਦੀ ਆ, ਸਾਰੇ ਰਸੋਈ ਵੀ ਸਾਂਭੀ ਆ, ਸੁਖਮਨ ਨੂੰ ਵੀ ਚੁੱਕਦੀ ਹੈ, ਸੁਖਮਨ ਨੂੰ ਵੀ ਰਾਤ ਦਿਨ ਵਹਿੰਦੀ ਹੈ, ਹੋਰ ਕੀ ਚਾਹੀਦਾ ਮੈਨੂੰ? ਮੇਰਾ ਖੁਸ਼ ਪੁੱਤ ਵੀ ਖੁਸ਼ ਆ ਪੂਰਾ, ਬੜੀ ਚੰਗੀ ਨੂੰ ਆ ਤੂੰ। ਮੈਂ ਤਾਂ ਦਿਲੋਂ ਆਪਣਾ ਘਰ ਮੰਨ ਹੀ ਲਿਆ ਵੈ, ਬਸ ਹੁਣ ਉਹ ਦਿਨ ਉਡੀਕਦੀ ਵੀ ਹੈ ਕਿ ਜਦੋਂ ਦੁਨੀਆਂ ਦੇ ਸਾਹਮਣੇ ਤੁਹਾਨੂੰ ਮੰਮੀ ਮੰਮੀ ਕਹਿ ਕੇ ਗੱਲ ਕਰਾਂ। ਤੂੰ ਕਿਆ ਕਰ ਮੰਮੀ, ਤੂੰ ਹੀ ਕਹਿਣਾ, ਹੋਰ ਕਿਹਨੇ ਕਹਿਣਾ? ਬਸ ਆਪਣਾ ਘਰ ਸਮਝ ਕੇ ਕਰਦੀ ਵੀ ਹੈ ਮੈਂ ਸਾਰਾ ਕੁਛ। ਮੈਨੂੰ ਹੋਇਆ ਕਿ ਤੁਸੀਂ ਮੈਨੂੰ ਹੀ ਸਾਰੇ ਕੰਮ ਕਿਹਾ ਕਰੋ,
ਕਿਸੇ ਦਾ ਵੀ ਕੋਈ ਕੰਮ ਹੁੰਦਾ, ਕੋਈ ਬਾਹਰ ਦਾ ਕੰਮ ਹੈ, ਕਿਤੇ ਜਾਣਾ, ਮੈਨੂੰ ਹੀ ਸਾਰੇ ਕੰਮ ਦੱਸਿਆ ਕਰੋ। ਪੁੱਤ ਮੈਂ ਤਾਂ ਤੈਨੂੰ ਹੀ ਗਈ ਨੀ, ਉਹ ਤੇ ਕੁੜੀ ਚੁੱਕ ਕੇ ਬੈਠੀ ਰਹਿੰਦੀ ਹੈਗੀ, ਮੈਂ ਤਾਂ ਕਿਸੇ ਵੇਲੇ ਮੂੰਹੋਂ ਨਿਕਲ ਗਿਆ ਉਹਨੂੰ, ਤੇ ਤੂੰ ਨਾ ਟੈਨਸ਼ਨ ਨਾ ਕਰਿਆ ਕਰ, ਕੁਛ ਰਿਹਾ ਕਰ, ਕਾਹਦੀ ਫਿਕਰ ਹੋਣੀ ਹੈ, ਕੁਛ ਰਿਹਾ ਕਰ ਮੇਰਾ ਪੁੱਤ। ਆਵੇ ਨਾ ਮੈਂ ਨਾ ਕਿਹਾ ਸੀ ਵੀ ਐਤਕੀ ਮੈਂ ਜਿਹੜੀ ਆਪਣੇ ਰਾਣੇ ਦੀ ਨੂੰ ਬੂਟੀ ਬਣਾਉਂਗੀ ਨਾ, ਆਪਣੀ ਨੂੰਹ ਲਿਆਵਾਂਗੀ, ਉਹਨੂੰ ਮੈਂ ਸੋਨੇ ਦੀਆਂ ਚੂੜੀਆਂ ਦੇਵਾਂਗੀ ਅਤੇ ਮੈਂ ਬਣਾ ਕੇ ਉੱਦਾਂ ਦੀਆਂ ਆਪ ਪਾ ਛੱਡੀਆਂ, ਫਿਰ ਜਿੱਦਣ ਆਊ ਤਾਂ ਆਪਣੇ ਹੱਥੀ ਉਹਨੂੰ ਦੋ, ਅੱਜ ਆ ਮੈਂ ਤੈਨੂੰ ਦੇਣ ਡਈ ਹਾਂ। ਨਹੀਂ ਨਹੀਂ ਨਹੀਂ, ਤੂੰ ਹੁਣ ਲੈਣੀਆਂ ਹੈ, ਮੈਨੂੰ ਇਹ ਚੀਜ਼ ਨਹੀਂ ਚਾਹੀਦੀ, ਮੈਨੂੰ ਤਾਂ ਬਸ ਤੁਹਾਡਾ ਪਿਆਰ ਚਾਹੀਦਾ। ਆਹ ਵੀ ਪੁੱਤ ਪਿਆਰ ਹੀ ਆ, ਆਹ ਵੀ ਪਿਆਰ ਹੀ ਆ, ਪਿਆਰ ਦੇਣ ਡਈ, ਉੱਦਾਂ ਦੀਆਂ ਮੈਂ ਕਿਉਂ ਨਹੀਂ ਕਿਸੇ ਨੂੰ ਦਿੱਤੀਆਂ, ਸਿਮਰਤ ਨੂੰ ਕਿਉਂ ਨਹੀਂ ਦਿੱਤੀਆਂ, ਉਹਨੂੰ ਕੀ ਆ ਦਸ਼ਮੀ ਨੂੰ ਕਿਉਂ ਨਹੀਂ ਦਿੱਤੀਆਂ, ਤੈਨੂੰ ਹੀ ਦੇਣ ਡੀ ਹੈ ਨਾ, ਤੈਨੂੰ ਕਿਉਂ ਦੇਣ ਡੀ, ਤੈਨੂੰ ਮੇਰਾ ਬਹੁਤ ਪਿਆਰ ਹੈ, ਸਾਂਭ ਕੇ ਰੱਖੀ, ਕਿਸੇ ਨੂੰ ਦੇਣੀਆਂ ਨਹੀਂ ਹੋ ਤੇ ਦੱਸਣਾ ਨਹੀਂ ਹੋ ਕਿਸੇ ਨੂੰ ਮੇਰਾ ਪੁੱਤ। ਨਹੀਂ ਤੂੰ ਕਿੱਡੀ ਕਰਮਾ ਵਾਲੀ ਹੈ, ਕਰਮਾ ਵਾਲੀ ਹੈ ਨਾ, ਮੇਰਾ ਪੁੱਤ ਉੱਦਣ ਦਾ ਹੀ ਗਿਆ ਸੀ, ਬਿਜ਼ਨਸ ਹੋਰ ਵੱਧ ਗਿਆ, ਗੱਡੀਆਂ ਲੈਣ ਗਿਆ ਸੀ, ਫਿਰ ਇਹ ਜਿੱਦਣ ਦੀ ਆਈ ਕੋਈ ਕੰਮ ਨਹੀਂ ਚੱਲਦਾ ਇਹਦਾ ਕੀਤਾ ਮੈਂ, ਨਾ ਬਿਜ਼ਨਸ ਇਹਦੀ, ਪਤਾ ਨਹੀਂ ਕਿਹੋ ਜਿਹੀ ਕਲਹਿਣੀ ਆਈ ਹੋ, ਕੋਈ ਕਾਰੋਬਾਰ ਨਹੀਂ ਵੱਧਦਾ ਦਿਸਿਆ, ਹੁਣ ਜਿੱਦਣ ਦੇ ਤੇਰੇ ਪੈਰ ਪਏ ਇਸ ਘਰ 'ਚ, ਵੇ ਉਹ ਦਿੱਲੀ ਫਿਰ ਗੱਡੀਆਂ ਲੈਣ ਗਿਆ ਸੀ, ਚੜ੍ਹਦੀ ਕਲਾ ਹੋ ਗਈ ਕਿ ਨਹੀਂ ਹੋ ਗਈ, ਇਹਦੀ ਤਾਂ ਲੋੜ ਹੀ ਨਹੀਂ ਸੀ ਮੈਨੂੰ, ਤੈਨੂੰ ਮੈਂ ਦਿੱਤੇ ਨਾ ਪਿਆਰ ਨਾਲ, ਮੈਂ ਸੋਚਿਆ ਸੀ ਮੈਂ ਤੈਨੂੰ ਤਾਂ ਮੈਂ ਪਾ ਕੇ ਪੁੱਤ ਹੁਣ ਕੀ ਕਰਨੀ ਹੈ, ਟੈਨਸ਼ਨ ਨਹੀਂ ਹੈ ਮੇਰੇ ਕੋਲ, ਤੁਸੀਂ ਪਾਓ, ਤੁਸੀਂ ਸੋਹਣੀਆਂ ਲੱਗੋਗੇ ਨਾ ਤਾਂ ਮੈਂ ਉਤਰਾ ਹੀ ਖੁਸ਼ ਹੋ ਜਾਣਾ, ਮੇਰੇ ਪਾਉਣ ਦਾ ਕੋਈ ਮੇਰੇ ਪੁੱਤ, ਮੇਰੇ ਵੀ ਪਾਪਾ ਤੁਸੀਂ ਬੜੇ ਤਿਆਰ ਨੇ, ਮੈਂ ਟੈਨਸ਼ਨ ਨਹੀਂ ਕਰਨੀ ਕਿਸੇ ਚੀਜ਼ ਦੀ, ਖੁਸ਼ ਹੋ ਕੇ ਜਾਣਾ, ਠੀਕ ਹੈ ਪੁੱਤ, ਖੁਸ਼ ਹੀ ਖੁਸ਼ ਹਾਂ ਮੈਂ ਤੁਹਾਡੇ ਨਾਲ, ਤੂੰ ਮੇਰੀ ਸੇਵਾ ਵੀ ਕਰਦੀ ਹੈ, ਬੜੀ ਚੰਗੀ ਹੈ ਤੂੰ। ਰੋਟੀ ਖਾ ਲਈ ਸੀ ਨਾ ਤੁਸੀਂ, ਤੂੰ ਖਵਾਈ ਸੀ, ਹਾਂ ਜੀ ਰੋਟੀ ਖਵਾਈ ਆ, ਲੱਤਾਂ ਕੁੱਟੀ ਨਾਲ ਕੱਲ ਨੂੰ ਠੀਕ ਹੋ ਜਾਵਾਂਗੇ ਥੋੜੀ ਜਿਹੀ, ਆ ਤਬੀਅਤ ਵੇਖ ਕਿੰਨੀ, ਮੇਰਾ ਚਿਹਰਾ ਵੇਖ ਕਿੰਨਾ ਏਦਾਂ ਦਾ ਹੋਇਆ, ਸ਼ਾਮੀ ਡਾਕਟਰ ਆ ਜਾਂਦੇ ਨਾ 5 ਵਜੇ, ਮੈਂ ਤੁਹਾਨੂੰ ਦਵਾਈ ਲੈ ਦਾਂਗੀ ਚੱਲ ਕੇ, ਚੱਲ ਠੀਕ ਆ, ਆ ਹੁਣ ਥੋੜ੍ਹਾ ਜਿਹਾ ਆਰਾਮ ਮਿਲੇ ਮੇਰੀਆਂ ਲੱਤਾਂ ਕੁੱਟੀਆਂ 'ਚ, ਨਹੀਂ ਤਾਂ ਮੈਂ ਤਾਂ ਐਵੇਂ ਡਿੱਗੀ ਸਾਂ, ਮੈਨੂੰ ਤਾਂ ਕੁਛ ਪਤਾ ਨਹੀਂ ਲੱਗਦਾ ਮੈਂ ਕਿੱਥੇ ਪਈ ਹਾਂ ਅਤੇ ਕਿੱਥੇ ਨਹੀਂ। ਤੁਸੀਂ ਫਿਕਰ ਨਾ ਕਰੋ, ਬਸ ਹੁਣ ਮੈਂ ਤੁਹਾਡੇ ਘਰ 'ਚ ਆ ਜਾਣਾ ਪੱਕੀ ਤਰ੍ਹਾਂ, ਘਰ ਬਾਰ ਦਾ ਮੈਂ ਨਕਸ਼ਾ ਹੀ ਚੇਂਜ ਕਰ ਦੇਣਾ ਸਾਰਾ, ਤੁਸੀਂ ਵੇਖੋਗੇ। ਕੀ ਨਕਸ਼ਾ ਕੀ ਚੇਂਜ ਕਰ ਦਿੰਦਾ ਨਵਾਂ ਪਰਾਉਣਾ? ਨਹੀਂ ਮੇਰਾ ਮਤਲਬ ਕਿ ਘਰ ਦਾ ਮਾਹੌਲ ਵਧੀਆ ਕਰ ਦਾਂਗੀ, ਸਾਰਾ ਵਧੀਆ ਚਾਹੀਦਾ ਪੁੱਤ, ਹਾਂ ਵਧੀਆ ਕਰ ਦਾਂਗੀ, ਜੋ ਤੁਸੀਂ ਚਾਹੁੰਦੇ ਹੋ ਨਾ ਉਹ ਕੁਛ ਹੀ ਹੋਏਗਾ, ਤੁਹਾਡੇ ਸਾਰੇ ਅਰਮਾਨ ਮੈਂ ਪੂਰੇ ਕਰਕੇ ਜਾਣੇ ਨੇ। ਚੰਗਾ ਪੁੱਤ, ਜਿੰਦੀ ਰਹੋ। ਸ਼ੁਕਰ ਹੈ ਪੁੱਤ ਤੂੰ ਮੇਰੇ ਪੁੱਤ ਦੀ ਜ਼ਿੰਦਗੀ 'ਚ ਆਉਣ ਲੱਗੀ, ਨਾਲੇ ਸਾਡੇ ਘਰ 'ਚ ਆਉਣ ਲੱਗੀ ਹੈ, ਨਾਲੇ ਸਾਡੀ ਨੂੰਹ ਬਣਨ ਲੱਗੀ ਹੈ। ਪੁੱਤ ਇਹ ਤਾਂ ਪੇਪੇ ਗਈ ਆ ਨਾ, ਮੇਰਾ ਤਾਂ ਜੀ ਕਰਦਾ ਕਲਹਿਣੀ ਜੀ ਲਿਆਵਾਂ ਹੀ ਨਾ ਘਰ, ਇਹ ਕਲਹਿਣੀ ਨੂੰ ਲਿਆ ਕੇ ਮੈਂ ਕੀ ਕਰਨਾ, ਇਹਨੇ ਤਾਂ ਪੁੱਠੀਆਂ ਹੀ ਪਾਈਆਂ, ਸਿੱਧੀਆਂ ਪਾਈਆਂ ਹੀ ਨਹੀਂ, ਇਹ ਤਾਂ ਮੈਂ ਪਸੰਦ ਹੀ ਨਹੀਂ ਕਰਦੀ। ਮੇਰਾ ਪੁੱਤ ਤਾਂ ਕਰਦਾ ਸੀ ਸਿਮਰਤ ਨੂੰ ਪਸੰਦ, ਹੈਂ ਹਾਂ ਸਿਮਰਤ ਨੂੰ ਪਸੰਦ ਕਰਦਾ ਸੀ, ਤੇ ਮੈਂ ਜਦੋਂ ਠਾਕਾ ਲਾਉਣ ਗਈ ਹਾਂ ਤੇ ਆਂਦਾ ਨਹੀਂ ਮੰਮੀ ਇਹਨੂੰ ਨਹੀਂ ਲਾਉਣਾ ਇਹਨੂੰ ਲਾਉਣਾ, ਇਹ ਪਤਾ ਨਹੀਂ ਕਲਹਿਣੀ ਜੀ ਉਹਦੀ ਕਿਸਮਤ 'ਚ ਕਿਤਰਾਂ ਆ ਗਈ, ਕਿਤਰਾਂ ਉਹਨੇ ਉਧਰੋਂ ਛੱਡ ਕੇ ਤੇ ਦੇਵਾ ਲੂੰਗਲ ਕਰਤੀ, ਤੈਨੂੰ ਮੈਂ ਕੀ ਦੱਸਾਂ। ਪਰ ਮੈਨੂੰ ਤਾਂ ਪਤਾ ਲੱਗਿਆ ਇਹਨਾਂ ਦੀ ਲਵ ਮੈਰਿਜ ਹੋਈ ਹੈ। ਉਹ ਲਵ ਮੈਰਿਜ ਕਾਹਦੀ, ਇਹ ਪੜ੍ਹਨ ਜਾਂਦੀਆਂ ਹੁੰਦੀਆਂ ਸੀ ਇਕੱਠੀਆਂ ਤੇ ਉੱਥੇ ਰਾਹ 'ਚ ਕਿਤੇ ਮਿਲਿਆ ਤਾਂ ਗੱਲਾਂ ਬਾਤਾਂ ਕੀਤੀਆਂ, ਤਾਂ ਉਹ ਲਵ ਮੈਰਿਜ ਕਹਿੰਦੇ ਉਹਨੂੰ। ਦੱਸ ਇਹ ਤਾਂ ਪਦੋ ਬਦੀ ਦਾ ਸੌਦਾ ਸੀ, ਪਦੋ ਬਦੀ ਮੇਰੇ ਪੁੱਤ ਤੇ ਗੱਲ ਪਈ, ਉਹ ਥੋੜ੍ਹਾ ਪਸੰਦ ਕਰਦਾ ਸੀ, ਇਹ ਜਾ ਕੇ ਉਹਦੇ ਬਾਰ ਬਾਰ ਉਹਨੂੰ ਆਉਂਦੀ ਸੀ, ਇਹਨੇ ਜਾ ਕੇ ਉਹਨੂੰ ਪਸੰਦ ਕੀਤਾ, ਉਹਨੇ ਉਹਨੂੰ ਕਿਹਾ ਵੀ ਮੇਰੇ ਨਾਲ ਵਿਆਹ ਕਰ, ਤਾਂ ਪੀਤਾ ਹੀ ਇਹ। ਦੱਸੋ ਵੇਖਣ ਨੂੰ ਤਾਂ ਬੜੀ ਸਿੱਧੀ ਜੀ ਲੱਗਣ ਦੀ ਹੈ, ਵੇਖਣ ਨੂੰ ਸਿੱਧੀ ਆ, ਅੰਦਰੋਂ ਟੇਢੀ ਆ ਕੁੜੀ, ਇੰਨੀ ਟੇਢੀ ਹੈ ਤੂੰ ਉਹਨੂੰ ਪਤਾ ਲੱਗ ਜੂ ਜਦੋਂ ਤੂੰ ਵੇਖੇਂਗੀ ਤੇ। ਨਾ ਮੈਂ ਕੀ ਕਰਨਾ ਵੇਖ ਕੇ,
ਜੇ ਤੁਸੀਂ ਧਾਰ ਹੀ ਲਿਆ ਮਨ ਚ ਉਹਨੂੰ ਲਿਆਉਣਾ ਹੀ ਨਹੀਂ ਤੇ ਫਿਰ ਆਪਣੇ ਮਨ ਨੂੰ ਪੱਕਾ ਕਰਕੇ ਨਾ ਇਹੀ ਕੰਮ ਕਰਿਓ। ਤੈਨੂੰ ਲਿਆਉਣਾ ਵਾ, ਤੇਰੇ ਵਰਗੀ ਕੁੜੀ ਕਿੱਥੋਂ ਲੱਭਣੀ, ਸੋਹਣੀ ਆ ਤੂੰ, ਨਾਲੇ ਤੂੰ ਆਈ ਹੈ ਨਾ ਸਾਡੇ ਘਰ 'ਚ ਰੌਣਕਾਂ ਆ ਗਈਆਂ, ਸਮਝ ਲੱਗੀ, ਨਾਲੇ ਨਾ ਕਾਰੋਬਾਰ ਸਾਡਾ ਵੱਧ ਗਿਆ। ਇਹ ਤੇ ਕਲੈਣੀ ਜੀ ਆਈ ਸੀ ਤਾਂ ਥੱਲੇ 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 ਹੀ ਜਾਣ ਡਿਆ, ਮੈਂ ਤਾਂ ਇਹੋ ਹੀ ਸੋਚਦੀ ਵੀ ਤੂੰ ਉੱਧਰੋਂ ਹੀ ਨਾ ਵੇ ਇੱਧਰ, ਹੁਣ ਵਿਹਲਾ ਰਾਣਾ ਫਿਰ ਗੱਡੀਆਂ ਲੈਣ ਗਿਆ ਸੀ, ਕਿੰਨਾ ਕਾਰੋਬਾਰ ਵਧਿਆ, ਹੋਰ ਕੀ ਚਾਹੀਦਾ, ਤੇਰੇ ਵਰਗੀ ਕੁੜੀ ਆਏ ਤੇ ਰੌਣਕਾਂ ਆ ਗਈਆਂ ਘਰ 'ਚ, ਬਰਕਤਾਂ ਆ ਗਈਆਂ ਕਿ ਨਹੀਂ ਆਈਆਂ? ਬਿਲਕੁਲ ਆਈਆਂ, ਕਿਉਂ ਨਹੀਂ ਆਈਆਂ? ਬਸ ਤੂੰ ਸਾਹਮਣਾ ਕਿਸ ਤਰ੍ਹਾਂ ਸਾਹਮਣਾ, ਤੂੰ ਰੱਖਣਾ ਸਾਰਿਆਂ ਨੂੰ, ਮੈਂ ਤਾਂ ਸਾਂਭ ਲਾਂਗੀ, ਤੁਸੀਂ ਟੈਨਸ਼ਨ ਨਾ ਲਵੋ, ਬਸ ਉਹ ਨਾ ਆਵੇ, ਇਹ ਹੁਣ ਤੁਸੀਂ ਵੇਖ ਲਓ ਉਹਨੂੰ ਆਪਾਂ ਕਰਕੇ ਬੰਨੇ ਤਾਂ ਕੰਮ ਕਰਨਾ, ਤੂੰ ਆਪਣਾ ਵੇਖ ਘਰ ਕੀਤਾ, ਤੂੰ ਰਾਣੇ ਨੂੰ ਕਿਸ ਤਰ੍ਹਾਂ ਖੁਸ਼ ਰੱਖਣਾ? ਮੈਂ ਕਰ ਲਾਂਗੀ, ਸਾਰੇ ਖੁਸ਼ ਰੱਖਣਾ ਤੂੰ। ਹਾਂਜੀ, ਮੇਰੀ ਗੱਲ ਇੱਕ ਹੋਰ ਸੁਣ, ਹਾਂਜੀ, ਸਿਮਰਤ ਨੇ ਨਾ ਥੋੜ੍ਹਾ ਪਿਆਰ ਦਾ ਰਹਿਣਾ ਹੀ, ਉਹਦੇ ਨਾਲ ਬਣਾ ਕੇ ਰੱਖਣੀ, ਉਹ ਉਹਦੇ ਨਾਲ ਵਿਗੜਨੀ ਨਹੀਂ ਚਾਹੀਦੀ ਤੇਰੀ, ਉਹਨੂੰ ਪਤਾ ਲੱਗੇ ਵੀ ਦੀਦੀ ਮੇਰੇ ਨਾਲ ਜ਼ਿਆਦਾ ਪਿਆਰ ਕਰਦੇ ਆ, ਮੇਰੀ ਭੈਣ ਸਗੋਂ ਮੇਰੇ ਨਾਲ ਪਿਆਰ ਨਹੀਂ ਕਰਦੀ, ਮਤਲਬ ਇਹ ਦੀਦੀ ਮੇਰੇ ਨਾਲ ਬਹੁਤਾ ਪਿਆਰ ਕਰਦੇ ਆ, ਉਹਦਾ ਇੰਨੀ ਬਣਾ ਕੇ ਰੱਖਣੀ ਨਾ, ਹਰ ਇੱਕ ਚੀਜ਼ ਖਾਣ ਤੋਂ ਪਹਿਲਾਂ ਉਹਨੂੰ ਪੁੱਛਣਾ ਹੀ ਵੀ ਸਿਮਰਤ ਤੂੰ ਖਾਣੀ ਹੈ, ਤੂੰ ਕਰਨਾ, ਪਤਾ ਕਿਉਂ, ਜੇ ਤੂੰ ਉੱਧਰ ਬਣਾ ਕੇ ਰੱਖੇਗੀ ਨਾ ਚੰਗੀ ਗੱਲ, ਜੇ ਤੂੰ ਨਹੀਂ ਬਣਾਏਗੀ ਉਹ ਤਾਂ ਦੋਵੇਂ ਭੈਣਾਂ ਭੈਣਾਂ ਹੈਗੀਆਂ ਨਾ, ਭੈਣਾਂ ਭੈਣਾਂ, ਤਾਂ ਹੋ ਸਕੇ ਕੱਲ੍ਹ ਨੂੰ ਉਹ ਦੋਵੇਂ ਭੈਣਾਂ ਰਲ ਜਾਣ ਅਤੇ ਉਹ ਆਖੇ ਵੀ ਇਹ ਦੇਵ ਨੂੰ ਜ਼ਿਆਦਾ ਪਿਆਰ ਕਰੂਗੀ, ਅਤੇ ਆਖੇ ਕਿ ਮੇਰੀ ਭੈਣ ਮੈਨੂੰ ਪਿਆਰ ਕਰਦੀ, ਹੋਵੇ ਨਾ ਮੈਂ ਇਸ ਘਰ 'ਚ ਕੋਈ ਕੰਡਾ ਖਿਲਾਰਾਂ, ਇਸ ਕਰਕੇ ਤੂੰ ਸਾਵਧਾਨ ਰਹਿਣਾ ਥੋੜ੍ਹਾ, ਉਹਦੇ ਨਾਲ ਬਣਾ ਕੇ ਰੱਖਣੀ, ਉਹਨੂੰ ਵਿਗੜਨਾ ਨਹੀਂ ਚਾਹੀਦਾ, ਉਹਦੀ ਕੁੜੀ ਨਾਲ ਵੀ ਪਿਆਰ ਕਰਨਾ ਹੀ, ਠੀਕ ਹੈ ਨਾ? ਮੰਮੀ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ ਮੇਰੇ ਹੁੰਦਿਆਂ, ਇੰਨਾ ਤਾਂ ਮੇਰੇ 'ਤੇ ਭਰੋਸਾ ਕਰੋ ਕਿ ਜੇ ਮੇਰੇ ਆਇਆ ਇੰਨਾ ਪਿਆਰ ਘਰ 'ਚ ਪੈ ਗਿਆ, ਇੰਨਾ ਕੰਮ ਘਰ ਤੁਹਾਡਾ ਵਧੀਆ ਹੋ ਗਿਆ, ਸਭ ਠੀਕ ਚੱਲਦਾ ਪਿਆ, ਤਾਂ ਅੱਗੋਂ ਜਦੋਂ ਮੈਂ ਪੱਕੀ ਇੱਥੇ ਰਹਾਂਗੀ ਤਾਂ ਮੈਂ ਕੀ ਨਹੀਂ ਕਰ ਸਕਦੀ ਗੀ, ਸਭ ਕੁਛ ਮੈਂ ਆਪਣੇ ਵਾਸਤੇ ਕਰਾਂਗੀ, ਔਰ ਕਿਸ ਤਰ੍ਹਾਂ ਉਂਗਲਾਂ 'ਤੇ ਨਚਾਉਣਾ ਮੈਨੂੰ ਸਭ ਪਤਾ, ਕੀ ਮੇਰਾ ਮਤਲਬ ਹੈ ਕਿ ਇੰਨੀਆਂ ਕੁ ਖੁਸ਼ੀਆਂ ਇਸ ਘਰ 'ਚ ਦੇਵਾਂਗੀ ਕਿ ਸਭ ਨੱਚਣਗੇ, ਖੁਸ਼ ਹੋਣਗੇ, ਮੈਂ ਤੁਹਾਡਾ ਨਾ ਕਿਸੇ ਕੋਲੋਂ ਵੀ ਪਿੱਠ ਨਹੀਂ ਲੱਗਣ ਦੇਣੀ ਗੀ, ਮੈਂ ਬਹੁਤ ਸਭ ਕੁਛ ਸਹੀ ਤਰੀਕੇ ਕਰਾਂਗੀ। ਉਹ ਤੇ ਆਪਾਂ ਸੁਖਮਨ ਦਾ ਮਨਾਉਣਾ ਵਾ ਜਨਮ ਦਿਨ, ਹਾਂਜੀ ਉਹਦਾ, ਉਦੋਂ ਤੇ ਆਪਾਂ ਖੁਸ਼ੀਆਂ ਮਨਾਉਣੀਆਂ, ਉਦੋਂ ਤੇ ਆਪਾਂ ਨੱਚਣਾ ਗਾਣਾ ਹੀ ਆ, ਇਸੇ ਕਰਕੇ ਜਦੋਂ ਮੈਂ ਦੱਸਿਆ ਵੀ ਇਹਦੇ ਨਾਲ ਬਣਾ ਕੇ ਰੱਖਣੀ ਹੈ। ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਨੂੰ ਕਹਿ ਰਹੀ ਹਾਂ ਨਾ, ਸਿਮਰਤ ਮੇਰੀ ਕਿਸੇ ਗੱਲ ਨੂੰ ਕਦੀ ਮਨਾ ਹੀ ਨਹੀਂ ਕਰੇਗੀ, ਉਹ ਤੇ ਬਸ ਵਹਿੰਦੀ ਰਹੇਗੀ ਕਿ ਦੀਦੀ ਕੀ ਕਹਿ ਗਈ ਤੇ ਕੀ ਕਰ ਗਈ ਹੈ, ਜਵਾਬ ਤੇ ਬੜੀ ਦੂਰ ਦਾ ਗੱਲ ਮੈਨੂੰ ਦੇਗੀ ਨਾ, ਸੋਚੀ ਜਾਏਗੀ। ਦੋ ਜਾਣੀਆਂ ਹੋਣ ਨਾ ਸੱਸ ਮਾਂ ਨੂੰ ਸਮਝਾਉਣਾ ਪੈਂਦਾ ਆ, ਪੁੱਤ ਇਸ ਤਰ੍ਹਾਂ ਰਹਿਣਾ ਹੀ, ਕੋਈ ਗੱਲ ਨਹੀਂ, ਕਿਉਂਕਿ ਮੈਨੂੰ ਤੇਰਾ ਵੀ ਪਤਾ ਲੱਗ ਗਿਆ, ਉਹਦਾ ਤਾਂ ਮੈਨੂੰ ਪਤਾ ਹੀ ਆ, ਠੀਕ ਹੈ, ਇਸ ਕਰਕੇ ਬੜੇ ਧਿਆਨ ਨਾਲ ਰਹਿਣਾ ਹੀ, ਕੋਈ ਗੱਲ ਨਹੀਂ, ਮੈਂ ਤਾਂ ਪੂਰੇ ਧਿਆਨ ਨਾਲ ਹੀ ਚੱਲਣਾ ਮੈਂ, ਕਿ ਮੈਨੂੰ ਪਤਾ ਨਾ ਮੈਂ ਕਿਸ ਤਰ੍ਹਾਂ ਵਸਣਾ, ਮੈਂ ਕੀ ਕਰਨਾ, ਇਹ ਤਾਂ ਮੈਨੂੰ ਪਤਾ। ਬਸ ਬਸ ਮੰਮੀ ਜੀ ਤੁਸੀਂ ਹੁਣ ਆਰਾਮ ਕਰੋ ਥੋੜ੍ਹੀ ਦੇਰ, ਮੈਂ ਥੋੜ੍ਹਾ ਬਹੁਤ ਕੰਮ ਦੇਖ ਲਵਾਂ, ਕੱਲ੍ਹ ਮੈਂ ਤੁਹਾਡੇ ਵਾਸਤੇ ਦੁੱਧ ਪੱਤੀ ਲਿਆਵਾਂ ਗਰਮ ਕਰਕੇ, ਠੀਕ ਹੈ? ਠੀਕ ਹੈ ਬੇਟਾ, ਤੁਸੀਂ ਰੈਸਟ ਕਰੋ, ਅਤੇ ਨਾਲ ਇਹ ਤੁਸੀਂ ਮੈਨੂੰ ਜੋ ਗਿਫਟ ਕੀਤਾ ਨਾ ਅੱਜ, ਤੈਨੂੰ ਦੇ ਦਿੱਤੀਆਂ, ਸੰਭਾਲ ਲਵਾਂ, ਭਾਰੀਆਂ ਹੀ ਆ, ਘਰ ਨਹੀਂ ਪਾਉਣੀਆਂ, ਤੁਹਾਡੇ ਤੋਂ ਥੋੜ੍ਹੀ ਭਾਰੀਆਂ, ਅੱਛਾ ਤੁਹਾਨੂੰ ਦਿੱਤੀਆਂ ਪੁੱਤ, ਠੀਕ ਹੈ ਮੰਮੀ, ਆਰਾਮ ਕਰੋ ਫਿਰ ਤੁਸੀਂ, ਮੰਮੀ ਮੈਂ ਤਾਂ ਹੀ ਜਾਵਾਂ, ਤੁਸੀਂ ਆਰਾਮ ਕਰੋ। ਚਲੋ ਮਾਤਾ ਨੇ ਗਜਰੇ ਤੇ ਦੇਤੇ, ਭਾਰੇ ਤੇ ਕੁਛ ਨਹੀਂ ਗਏ।
ਉਸ ਦਿਨ ਮੈਂ ਵੇਖਿਆ ਅਲਮਾਰੀ 'ਚ ਗਹਿਣਾ ਤਾਂ ਬਥੇਰਾ ਰੱਖਿਆ, ਹੌਲੀ ਹੌਲੀ ਦੇਗੀ। ਕਹਿੰਦੀ ਮੇਰੇ ਮੁੰਡੇ ਨੂੰ ਸੰਭਾਲ ਲਈ ਚੰਗੀ ਤਰ੍ਹਾਂ। ਮੁੰਡਾ, ਤੈਨੂੰ ਕੀ ਪਤਾ ਮੈਂ ਕੀ ਕੀ ਸਾਂਭ ਰਿਹਾ। ਗੱਲਾਂ ਕਰਦੀ ਹੈ, ਸੇਵਾ ਕਰਵਾ ਲਈ ਮੇਰੇ ਕੋਲ।